ਕਹਿੰਦੇ ਵੀ ਤੂੰ ਤੇ ਜਦੋਂ ਦਾਦੀ ਦੀ ਡੈਥ ਹੁੰਦੀ ਆ ਉਹ ਡਿਪਰੈਸ਼ਨ ਚ ਵਗ ਜਾਂਦਾ ਹੈਗੀ ਆ ਜਿਹੀ ਕੋਈ ਗੱਲ ਹਾਂਜੀ 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 ਲੌਂਗੋਵਾਲ ਆ ਗਏ ਆ ਜੋ ਧੂਤੇ ਦੇ ਘਰੇ ਚੱਲਦੇ ਆ ਜਿਹੜਾ ਲੌਂਗੋਵਾਲ ਪਿੰਡ ਹੈ ਬਹੁਤ ਜ਼ਿਆਦਾ ਵੱਡਾ ਤੇ ਇੱਥੇ ਇੱਕ ਛੋਟੀਆਂ ਛੋਟੀਆਂ ਪਿੰਡੀਆਂ ਨੇ ਤੇ ਉਹਨਾਂ ਵਿੱਚੋਂ ਇੱਕ ਪਿੰਡੀ ਦੇ ਵਿੱਚ ਜਿਹੜਾ ਧੂਤਾ ਰਹਿੰਦਾ ਹੈਗਾ ਤਾਂ ਇੱਥੇ ਜਿਹੜੇ ਤੁਹਾਨੂੰ ਪੁਰਾਣੇ ਕਾਫੀ ਬੋਰਡ ਜਿਹੜੇ ਦੇਖਣ ਨੂੰ ਮਿਲਣਗੇ ਲੌਂਗੋਵਾਲ ਦੇ ਵਿੱਚ ਜਿਹੜੀਆਂ ਜੌਣੇ ਮੌੜ ਨੇ ਤੁਸੀਂ ਸੁਣਿਆ ਉਹਨਾਂ ਵੀ ਤੀਆਂ ਵੀ ਲੁੱਟੀਆਂ ਸੀ ਹਨਾ ਤਾਂ ਇਹ ਤੀਆਂ ਲੁੱਟਣ ਵਾਲਾ ਵੀ ਜਿਹੜਾ ਕਿੱਸਾ ਕਾਫੀ ਮਸ਼ਹੂਰ ਹੈ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਤੁਸੀਂ ਜੌਣੇ ਮੌੜ ਦੀਆਂ ਵੇਖੋਗੇ ਤਾਂ ਉਹਦੇ ਵਿੱਚ ਤੀਆਂ ਲੁੱਟਦਾ ਦਿਖਾਉਂਦੇ ਨੇ ਨਾ ਜੌਣੇ ਮੌੜ ਨੂੰ ਤਾਂ ਉਹ ਲੌਂਗੋਵਾਲ ਦੇ ਵਿੱਚ ਕਹਿੰਦੇ ਜੌਣੇ ਮੌੜ ਨੇ ਜਿਹੜੀਆਂ ਤੀਆਂ ਲੁੱਟੀਆਂ ਸੀ ਤਾਂ ਆ ਜਾਓ ਹੁਣ ਆਪਾਂ ਚੱਲਦੇ ਹਾਂ ਧੂਤੇ ਦੀ ਪਿੰਡੀ ਵੱਲ ਧੂਤਾ ਕਰੈਕਟਰ ਜਿਹੜਾ ਮੈਨੂੰ ਬਹੁਤ ਘੈਂਟ ਲੱਗਦਾ ਯਾਰ ਕਾਫੀ ਡਾਇਲੌਗ ਨੇ ਹਨਾ ਜਿਹੜੇ ਧੂਤੇ ਦੇ ਇੱਕ ਡਾਇਲੌਗ ਤੁਸੀਂ ਉਹ ਸੁਣਿਆ ਹੋਊਗਾ ਆ ਗਏ ਜੀ 7 ਦਿਨ ਉਹਨਾਂ ਇੱਥੇ ਰਹਾਂਗੇ ਤਾਂ ਉਹ ਵੀ ਜਿਹੜਾ ਕਾਫੀ ਆ ਜਿਹੜਾ ਮਸ਼ਹੂਰ ਹੋਇਆ ਸੀ ਨਾ ਤਾਂ ਆਹ ਜਿਹੜੀ ਤੁਸੀਂ ਪਿੰਡੀ ਵੇਖ ਰਹੇ ਹੋ ਤਕਰੀਬਨ 15-20 ਘਰ ਨੇ ਇੱਥੇ ਅਤੇ ਇੱਥੇ ਹੀ ਜਿਹੜਾ ਧੂਤਾ ਰਹਿੰਦਾ ਹੈਗਾ ਤਾਂ ਆ ਜਾਓ ਬਾਈ ਦੇ ਆਪਾਂ ਘਰੇ ਚੱਲਦੇ ਹਾਂ ਅਤੇ ਤੁਹਾਨੂੰ ਮਿਲਾਵਾਂਗੇ ਜੇ ਧੂਤਾ ਘਰੇ ਹੋਇਆ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਹ ਜਿਹੜਾ ਤੁਸੀਂ ਘਰ ਵੇਖ ਰਹੇ ਹੋ ਇਹ ਘਰ ਹੈ ਧੂਤੇ ਦਾ ਅਤੇ ਧੂਤੇ ਦਾ ਕਮਰਾ ਦਿਖਾਉਂਦੇ ਜਿਹੜੇ ਆਹ ਕਮਰਾ ਹੈ ਧੂਤੇ ਦਾ ਅਤੇ ਧੂਤੇ ਦੀਆਂ ਸਾਰੇ ਪਾਸੇ ਜਿਹੜੇ ਤੁਹਾਨੂੰ ਫੋਟੋਆਂ ਦੇਖਣ ਨੂੰ ਮਿਲਣਗੀਆਂ ਆਪਣਾ ਇਹ ਸਨਮਾਨ ਇਹਨੂੰ ਮਿਲਿਆ ਹੋਇਆ ਪਿੰਡੀ ਢਿੱਲਵਾਂ ਚ ਅੱਛਾ ਜੀ ਤੇ ਵਿਸ਼ੇਸ਼ ਸਨਮਾਨ ਤੀਆਂ ਕਰਵਾਈਆਂ ਦੀਆਂ ਤੇ ਉਦੋਂ ਮਿਲਿਆ ਦੂਸਰਾ ਨਾ ਉਹ ਲੌਂਗੋਵਾਲ ਦੀ ਤੀਆਂ ਵੀ ਕਾਫੀ ਮਸ਼ਹੂਰ ਹੋਈ ਨਹੀਂ 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 ਪਿੰਡੀ ਢਿੱਲਵਾਂ ਦੇ ਵਿੱਚ ਇਹ ਆਡਾ ਇਥੋਂ ਹਾਂਜੀ ਜਿੱਥੇ ਖੜੇ ਆਂ ਜੀ ਇਹ ਲੌਂਗੋਵਾਲ ਆ ਜਿਹੜਾ ਲੌਂਗੋਵਾਲ ਤੋਂ 3 ਕਿਲੋਮੀਟਰ ਤੇ ਇਹ ਛੋਟਾ ਜਿਹਾ ਕਸਬਾ ਪਿੰਡੀ ਢਿੱਲਵਾਂ ਤੇ ਇਹ ਉੱਥੇ ਵੱਡੇ ਨਾਮ ਪਿਆ ਬਾਈ ਜੀ ਆਹ ਫੋਟੋ ਕਿਸ ਨਾਲ ਆ ਬਾਈ ਜੀ ਡਿਪਰੈਸ਼ਨ ਚ ਇਸ ਕਰਕੇ ਵੱਜ ਜਾਂਦਾ ਕਿਉਂਕਿ ਜਦੋਂ ਦਾਦੀ ਦੀ ਡੈਥ ਤੋਂ ਬਾਅਦ ਤੇ ਉਹਨੇ ਆਪਦੇ ਦਾਦੀ ਦੀ ਸੇਵਾ ਵੀ ਵਧੀਆ ਕਰੀ ਆ ਅਸਲ ਤਾਂ ਸਾਰੇ ਮਾਂ ਬਾਪ ਦੀ ਵਧੀਆ ਸੇਵਾ ਕਰਦਾ ਉਹਦੇ ਦਾਦੇ ਜੀ ਨੂੰ ਕੈਂਸਰ ਹੋ ਗਿਆ ਸੀਗਾ ਜਦੋਂ ਕੈਂਸਰ ਹੋ ਗਿਆ ਉਹ ਮੰਜੇ 'ਤੇ ਪੈ ਗਿਆ ਅਤੇ ਸੋ ਪਿੰਡੀ ਵਾਲੇ ਨੇ ਸੇਵਾ ਉਹਦੀ ਪੂਰੀ ਵਧੀਆ ਕਰੀ ਹੈ ਸੇਵਾ ਉਹਦੇ ਕਰਕੇ ਅੱਛਾ ਬਾਈ ਤੂੰ ਉਹਦੇ ਨਾਲ ਕਬੱਡੀ ਖੇਡਦੇ ਰਹੇ ਤੁਸੀਂ ਹਾਂਜੀ ਅਸੀਂ ਧੂਤੇ ਨਾਲ ਇਸ ਗਰਾਊਂਡ ਦੇ ਵਿੱਚ ਕਬੱਡੀ ਪਿੰਡ ਅਸੀਂ ਖੇਡਦੇ ਰਹੇ ਅੱਛਾ ਕਿੰਨੇ ਕਿਲੋ ਖੇਡਦੇ ਹੁੰਦੇ ਸੀ ਅਸੀਂ 32 ਕਿਲੋ ਵੀ ਇਕੱਠੇ ਖੇਡੇ ਹਾਂ ਅੱਛਾ ਅਤੇ ਆ ਜਾਓ ਦਿਖਾਇਓ ਗਰਾਊਂਡ ਅਛਾ ਗਰਾਊਂਡ 'ਚ ਖੇਡਦਾ ਹੁੰਦਾ ਸੀ ਹਾਂਜੀ ਹਾਂਜੀ ਛੋਟਾ ਜਿਹਾ ਹਾਂਜੀ ਬਸ ਪਿੰਡ ਦੀ ਆਵਾਜ਼ੀ ਦੇ ਨਾਲ ਨਾਲ ਛੋਟਾ ਜਿਹਾ ਗਰਾਊਂਡ ਹੋ ਗਿਆ ਬਹੁਤ ਜਿਹਾ ਪਿੰਡ ਦੀ ਆਵਾਜ਼ੀ ਆ ਅੱਛਾ ਤੇ ਅਸੀਂ ਕੁੱਲ 50-55 ਜੱਗੀ ਘਰ ਆਉਂਦੇ ਅਤੇ ਉਹਦੇ ਹਿਸਾਬ ਨਾਲ ਬਸ ਜਿੰਨਾ ਕੁ ਪੰਚਾਇਤ ਦਾ ਹੁੰਦਾ ਵੀ ਇੰਨਾ ਕੁ ਗਰਾਊਂਡ ਸਾਡੇ ਪਿੰਡ ਦੀ ਢਿੱਲਵਾਂ ਦਾ ਅੱਛਾ ਅਤੇ ਬਾਈ ਕਿੰਨੇ ਕੁ ਸਾਲ ਫਿਰ ਇਕੱਠੇ ਰਹੇ ਹੋ ਅਸੀਂ ਤਾਂ ਬਚਪਨ ਤੋਂ ਇਕੱਠੇ ਰਹੇ ਹਾਂ ਹੁਣ ਵੀ ਇਕੱਠੇ ਹਾਂ ਨਾ ਫਿਰ ਵੀ ਉਹ ਆਈਡੀਆ ਜਾਂਦਾ ਵੀ ਇਕੱਠੇ ਪੜ੍ਹੇ ਹੋਣੇ ਪਹਿਲਾਂ ਤੁਸੀਂ ਹਾਂਜੀ ਹਾਂਜੀ ਅਸੀਂ ਇਕੱਠੇ ਪੜ੍ਹਦੇ ਰਹੇ ਚਾਰ ਪੰਜ ਸਾਲ ਕਾਲਜ ਵੀ ਪੜ੍ਹੇ ਅੱਛਾ ਕਿਹੜੇ ਕਾਲਜ 'ਚ ਰਣਵੀਰ ਕਾਲਜ ਤੋਂ ਸੰਗਰੂਰ ਦੇ ਵਿੱਚ ਅੱਛਾ ਤਾਂ ਤੁਸੀਂ ਫਿਰ ਕੀ ਪ੍ਰੋਫੈਸ਼ਨ ਚੁਣਿਆ ਅਤੇ ਮੈਨੂੰ ਉਸ ਤੋਂ ਬਾਅਦ ਜੋਬ ਮਿਲ ਗਈ ਸੀ ਮੈਂ ਤਾਂ ਇਹ ਤੋਂ ਫਿਰ ਅੱਛਾ ਜੋਬ ਮਿਲ ਗਈ ਅੱਛਾ ਤੂੰ ਤਾਂ ਉੱਧਰ ਵਗ ਗਿਆ ਫਿਲਮਾਂ ਕਹਿਣੀ ਹਾਂ ਹਾਂ ਤੂੰ ਤਾਂ ਫਿਲਮਾਂ ਕਹਿਣੀ ਵਗ ਗਿਆ ਸੀਗਾ ਅੱਛਾ ਅਤੇ ਉਹ ਤੋਂ ਬਾਅਦ ਕਬੱਡੀ ਖੇਡਦਾ ਰਿਹਾ ਪਹਿਲਾਂ ਤੂੰ ਤਾਂ ਸਭ ਤੋਂ ਪਹਿਲਾਂ ਕਬੱਡੀ ਨੂੰ ਖੇਡਦਾ ਰਹੇ ਪਹਿਲਾਂ ਕਬੱਡੀ ਖੇਡਦਾ ਸੀ ਉਦੋਂ ਬਾਅਦ ਸੰਗਰੂਰ ਉਹ 'ਚ ਲੱਗ ਗਿਆ ਸੀ ਨਾ ਬੀਏ ਕਰਕੇ ਮੁਨਸ਼ੀ ਦੀ ਜੋਬ ਵਕੀਲ ਕੋਲੇ ਹਾਂ ਮੁਨਸ਼ੀ ਕੋਲੇ ਕਰਿਆ ਉਹਨੇ ਅੱਛਾ ਮੰਮੀ ਨੇ ਉੱਥੇ ਵੀ ਕੰਮ ਕਰਿਆ ਅੱਛਾ ਅਤੇ ਸੁਣਿਆ ਮੈਂ ਕਹਿੰਦੇ ਵੀ ਉੱਥੇ ਹੀ ਜਾਂਦਾ ਸੀਗਾ ਫਿਲਮਾਂ ਦੇ ਵਿੱਚ ਵੀ ਜੋ ਸ਼ਾਰਟ ਮੂਵੀਆਂ ਬਣਾਉਂਦਾ ਕਹਿੰਦੇ ਉੱਥੋਂ ਟਾਈਮ ਕੱਢ ਕੇ ਜਾਂਦਾ ਹੁੰਦਾ ਸੀ ਸੱਚੀ ਗੱਲ ਹੈ ਇਹ ਸੱਚਾਈ ਆ ਉਹ ਕਿਉਂਕਿ ਵਕੀਲ ਨੂੰ ਵੀ ਨਹੀਂ ਸਹੀ ਦੱਸਦਾ ਸੀਗਾ ਅੱਛਾ ਛੁੱਟੀ ਜੇ ਬੰਕ ਮਾਰ ਕੇ ਅਤੇ ਉਹ ਫਿਰ ਫਿਲਮ ਬਣਾਉਣ ਵਗ ਜਾਂਦਾ ਸੀ ਅੱਛਾ ਫਿਰ ਛੱਡਿਆ ਕਦੋਂ ਕੰਮ ਉਹ ਫਿਰ ਜਦੋਂ ਇੰਦਰ ਨਾਲ ਵਗ ਗਿਆ ਸੀਗਾ ਬਾਈ ਸਾਜਲੀ ਵਾਲੇ ਇੰਦਰ ਨਾਲ ਵੀਡੀਓ ਬਣਾਉਣ ਲੱਗਿਆ ਸੀ ਇੰਦਰ ਰਿਕਾਰਡ 'ਤੇ ਉਹਦੇ ਪਹਿਲੀ ਵੀਡੀਓ ਬਣਾਈ ਸੀ ਉਹਨੇ ਕਵਾੜੀਆ ਅੱਛਾ ਕਵਾੜੀਆ ਤੋਂ ਬਾਅਦ ਕਿੰਨੇ ਸਾਲ ਹੋ ਗਏ ਉਹ ਗੱਲ ਉਹਨੂੰ ਹੋ ਗਏ ਲਗਭਗ 3-4 ਸਾਲ ਹੋ ਗਏ 3-4 ਸਾਲ ਹੋ ਗਏ ਹਾਂ ਸ਼ੁਰੂ ਕਰੇ ਨੇ ਅੱਛਾ ਪਹਿਲੀ ਫਿਲਮ ਕਵਾੜੀਆ ਬਣਾਈ ਸੀ ਹਾਂ ਤੇ ਮਤਲਬ ਉਹਨਾਂ ਨੇ ਰੱਖ ਲਿਆ ਫਿਰ ਤਾਂ ਸ਼ਾਰਟ ਮੂਵੀਆਂ ਵਾਸਤੇ ਹਾਂਜੀ ਹਾਂਜੀ ਫਿਰ ਉਹਨਾਂ ਨੇ ਲਗਾਤਾਰ ਬਹੁਤ ਟਾਈਮ ਉਹਨੇ ਕੰਮ ਕਰਿਆ ਅੱਛਾ ਤੇ ਫਿਰ ਉਸ ਹੀ ਚੈਨਲ ਤੋਂ ਨਾਂ ਵੀ ਬਣ ਗਿਆ ਧੂਤੇ ਦਾ ਹੈ ਨਾ ਹਾਂਜੀ ਉਸ ਚੈਨਲ ਤੋਂ ਹੀ ਧੂਤਾ ਨਾਂ ਬਣ ਕੇ ਲੋਕਾਂ ਦੇ ਸਾਹਮਣੇ ਆਇਆ ਹਾਂਜੀ ਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਲਮਾਂ 'ਚ ਤੇ ਹੁਣ ਆਪਾਂ ਕਹਿੰਦੀ ਵੀ ਪੂਰਾ ਬੀਜੀ ਆ ਬਾਈ ਧੂਤਾ ਹੈ ਨਾ ਹਾਂਜੀ ਹਾਂਜੀ ਹੁਣ ਪੂਰਾ ਬੀਜੀ ਆ ਧੂਤਾ ਵਧੀਆ ਕੰਮ ਮਿਲਦਾ ਵਧੀਆ ਅਤੇ ਸਾਡੇ
ਪਿੰਡੀ ਢਿੱਲਮਾ ਦਾ ਨਾਂ ਵੀ ਉਹਨੇ ਬਹੁਤ ਜ਼ਿਆਦਾ ਰੋਸ਼ਨ ਕਰਿਆ। ਹਾਂ ਬਾਕੀ ਕੋਈ ਵੀ ਮੈਂ ਇੰਟਰਵਿਊ ਦੇਖਦਾ ਨਾ ਜਦੋਂ ਧੂਤੇ ਦੀ ਤਾਂ ਹਰੇਕ ਇੰਟਰਵਿਊ 'ਚ ਕਹਿੰਦਾ ਹੁੰਦਾ ਵੀ ਮੈਂ ਪਿੰਡੀ ਦਾ, ਉੱਥੇ ਛੋਟੇ ਛੋਟੇ ਸਾਡੇ ਲੌਂਗੋਵਾਲ ਦੇ ਵਿੱਚ ਪਿੰਡੀਆਂ ਨੇਗੀਆਂ ਵੀ ਉਸ ਲੌਂਗੋਵਾਲ ਤੋਂ 3 ਕਿਲੋਮੀਟਰ ਦੇ ਨੇ ਪਿੰਡੀ ਢਿੱਲਮਾ। ਪਿੰਡੀ ਢਿੱਲਮਾ ਹਾਂ, ਤਾਂ ਬਾਈ ਹਰੇਕ ਇੰਟਰਵਿਊ ਦੇ ਵਿੱਚ ਜ਼ਿਕਰ ਕਰਦਾ। ਤਾਂ ਬਾਈ ਸ਼ੁਕਰੀਆ ਤੁਹਾਡਾ ਟਾਈਮ ਕੱਢਣ ਵਾਸਤੇ, ਹੈ ਨਾ। ਅਤੇ ਬਾਈ ਜਿਹੜਾ ਧੂਤੇ ਦੇ ਨਾਲ ਹੀ ਖੇਡਦਾ ਹੁੰਦਾ ਸੀ, ਪੜ੍ਹਦਾ ਹੁੰਦਾ ਸੀ, ਹੈ ਨਾ। ਅਤੇ ਇਕੱਠੇ ਬਾਈ ਨੇ ਜਿਹੜੀਆਂ ਸ਼ੋਰਟ ਮੂਵੀਆਂ ਬਣਾਈਆਂ ਨੇ ਪਹਿਲਾਂ ਬਾਈ ਧੂਤੇ ਦੇ ਨਾਲ, ਹੈ ਨਾ। ਚਲੋ ਬਾਈ ਨੂੰ ਜੋਬ ਮਿਲ ਗਈ ਅਤੇ ਉੱਧਰ ਹੋ ਗਿਆ, ਅਤੇ ਤੂੰ ਤਾਂ ਆਪਣਾ ਜਿਹੜਾ ਸ਼ੋਰਟ ਮੂਵੀਆਂ ਵੱਲ, ਅਤੇ ਹੁਣ ਜਿਹੜਾ ਪੰਜਾਬੀ ਫਿਲਮਾਂ ਵੱਲ, ਹੈ ਨਾ। ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ, ਧੂਤੇ ਨੂੰ ਪਿਆਰ ਕਰਨ ਵਾਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਲੱਗੀ।